ਸਵਾਸ ਵੀ ਬਿਰਥਾ ਨਾ ਜਾਏ ਕਮਾਈ ਕਮਾਈ ਕਰੋ ਕਮਾਈ ਕਿ ਜਪਣਾ ਹੀ ਕਮਾਈ ਹੈ ਕਿ ਜਪਣਾ ਹੀ ਕਮਾਈ ਹੈ ਕਰੋ ਕਮਾਈ ਆਇਆ
सत संतोख कर पाओ, 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 सत संतोख कर पाओ। कुड़म कुड़माई आया, कुड़म कुड़माई आया, कुड़म कुड़माई आया, बलराम जियो। कुड़म कुड़माई आया, कुड़म कुड़माई आया, कुड़म कुड़माई आया, बलराम जियो। संत जना कर मेल, 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 संत जना कर मेल। कुरबानी गवाइया बलराम जियो, कुरबानी गवाइया बलराम जियो, कुरबानी गवाइया बलराम जियो, कुरबानी गवाइया बलराम जियो। बाणी गुर गाई परम गत पाई, 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 पंच मिले सुहाया, पंच मिले सुहाया, पंच मिले करोद ममता तन नाठी, गया करोद ममता तन नाठी, पाखंड परम गवाया, पाखंड परम गवाया, पाखंड परम गवाया, पाखंड परम गवाया, कुड़म कुड़माई आया, कुड़म कुड़माई आया, कुड़म कुड़माई आया।
कुड़माई आया बलराम जियो कुड़म कुड़माई आया पाया हो मैं पीर गई सुख पाया हो मैं पीर गई सुख पाया हो मैं पीर गई सुख पाया आरोगत पै शरीरा आरोगत पै शरीरा आरोगत पै शरीरा आरोगत पै शरीरा गुर प्रसादी ब्रह्म पछाता गुर प्रसादी ब्रह्म पछाता गुर प्रसादी ब्रह्म पछाता गुर प्रसादी ब्रह्म पछाता नानक गुणी गहीरा नानक गुणी गहीरा नानक गुणी गहीरा नानक गुणी गहीरा कुड़म कुड़माई आया कुड़म कुड़माई आया कुड़म कुड़माई आया बलराम जियो कुड़म कुड़माई कुड़माई आया कुड़म कुड़माई आया कुड़म कुड़माई आया बलराम जियो कुड़म कुड़माई आया सत संतोख कर पाओ 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 कुड़म कुड़माई आया कुड़म कुड़माई आया कुड़म कुड़माई आया बलराम जियो कुड़म कुड़माई आया जैसा सतगुर सुनेंदा
ਤੈ ਸੋਹੀ ਮੈਂ ਰੇਠ ਜੈਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਟੇਠ ਵਿਛੜਿਆ ਮੇਲੇ ਪ੍ਰਭੂ ਹਰ ਦਰ ਕੈ ਕਾਬ ਸੀਠ ਵਿਛੜਿਆ ਮੇਲੇ ਪ੍ਰਭੂ ਹਰ ਦਰ ਕੈ ਕਾਬ ਸੀਠ ਹਰ ਨਾਮੋ ਮੰਤ੍ਰ ਦ੍ਰਿੜਾਇੰਦਾ ਕੱਟੇ ਹਉ ਮੈਂ ਰੋਗ ਹਰ ਨਾਮੋ ਮੰਤ੍ਰ ਦ੍ਰਿੜਾਇੰਦਾ ਕੱਟੇ ਹਉ ਮੈਂ ਰੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਨਾਨਕ ਸਤਿਗੁਰ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਜਿਨ੍ਹਾਂ ਤੁਰੇ ਪਿਆ ਸੰਜੋਗ ਜਿਨ੍ਹਾਂ ਤੁਰੇ ਪਿਆ ਸੰਜੋਗ ਜਿਨ੍ਹਾਂ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਕੁੜਮ ਕੁੜਮਾਈ ਆਇਆ ਕੁੜਮ ਕੁੜਮਾਈ ਆਇਆ ਕੁੜਮ ਕੁੜਮਾਈ ਆਇਆ ਬਲਰਾਮ ਕੁੜਮ ਕੁੜਮਾਈ ਆਇਆ ਕੁੜਮ ਕੁੜਮਾਈ ਆਇਆ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਕੁੜਮ ਕੁੜਮਾਈ ਆਇਆ ਕੁੜਮ ਕੁੜਮਾਈ ਆਇਆ ਕੁੜਮ ਕੁੜਮਾਈ ਸਤ ਸੰਤੋਖ ਕਰ ਪਾਓ 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 ਕੁੜਮ ਕੁੜਮਾਈ ਆਇਆ ਕੁੜਮ ਕੁੜਮਾਈ ਆਇਆ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਕੁੜਮ ਕੁੜਮਾ ਗੁਰੂ ਜੀ ਕੋਲੋਂ ਸਮਤ ਲੈਣੀ ਹੈ ਜੀ ਸਮਤ ਬੜੀ ਪਿਆਰੀ ਸਮਤ ਸਤਿਗੁਰੂ ਜੀ ਅੱਜ ਦੇ ਰਹੇ ਨੇ ਬੜੀ ਪਿਆਰੀ ਸਮਤ ਗ੍ਰਸਤ ਆਸ਼ਰਮ ਨੂੰ ਸ਼ੁਰੂ ਕਰਨ ਦੇ ਲਈ ਪਹਿਲੇ ਇੱਕ ਰਿਸ਼ਤਾ ਤੈਅ ਕਰਨਾ ਪੈਂਦਾ ਬੱਚੇ ਬੱਚੀ ਦਾ ਰਿਸ਼ਤਾ ਤੈਅ ਕਰਨਾ ਇਹ ਆਰੰਭਕ ਪੌੜੀ ਹੈ ਵਿਆਹ ਤੱਕ ਪਹੁੰਚਣ ਦੀ ਆਰੰਭਕ ਪੌੜੀ ਹੈ ਪਹਿਲੇ ਰਿਸ਼ਤਾ ਤੈਅ ਕਰ ਤੇ ਬੱਚੇ ਬੱਚੀ ਦਾ ਜਿਹੜਾ ਰਿਸ਼ਤਾ ਤੈਅ ਕਰਨਾ ਹੈ ਸਾਹਿਬ ਕਹਿੰਦੇ ਨੇ ਜੇ ਉਹ ਰਿਸ਼ਤਾ ਲੰਮਾ ਤੇ ਸੁਖਾਵਾਂ ਬਤੀਤ ਕਰਨਾ ਚਾਹੁੰਦਾ ਸਾਹਿਬ ਕਹਿੰਦੇ ਮੇਰੇ ਬੱਚਿਆ ਜੇ ਉਹ ਰਿਸ਼ਤਾ ਲੰਮਾ
ਤੇ ਸੁਖਾਵਾਂ ਬਤੀਤ ਕਰਨਾ ਚਾਹੁੰਦਾ ਤੇ ਕੁਝ ਚੀਜ਼ਾਂ ਵੇਖਣੀਆਂ ਪੈਣਗੀਆਂ ਉਸ ਰਿਸ਼ਤੇ ਦੇ ਵਿੱਚ ਤੇ ਕੁਝ ਗੁਣ ਉਸ ਰਿਸ਼ਤੇ 'ਚ ਪਾਣੇ ਪੈਣੇ ਨੇ। ਆਖੋ ਸਤਨਾਮ। ਕੁਝ ਚੀਜ਼ਾਂ ਵੇਖਣੀਆਂ ਪੈਣੀਆਂ, ਦੋ ਚੀਜ਼ਾਂ ਨੇ, ਤੇ ਕੁਝ ਗੁਣ ਉਸ ਰਿਸ਼ਤੇ 'ਚ ਪਾਣੇ ਪੈਣੇ। ਦਾਸ ਨੇ ਦੋ ਚੀਜ਼ਾਂ ਬੋਲੀਆਂ ਸਨ, ਲੰਮਾ ਤੇ ਸੁਖਾਵਾਂ ਰਿਸ਼ਤਾ। ਹਰ ਬੰਦਾ ਇਹੀ ਚਾਹੁੰਦਾ ਕਿ ਸਾਡਾ ਗ੍ਰਸਤ ਆਸ਼ਰਮ, ਜਿਹੜੀ ਸਾਡੀ ਗ੍ਰਸਤੀ ਹੈ, ਲੰਬੀ ਨਿਭੇ ਤੇ ਸੋਹਣੀ ਨਿਭੇ। ਆਖੋ ਸਤਨਾਮ। ਕੋਈ ਨਹੀਂ ਚਾਹੁੰਦਾ ਕਿ ਮੇਰੀ ਗ੍ਰਸਤੀ ਹੁੰਦਿਆਂ ਸਾਰ ਟੁੱਟ ਜਾਵੇ। ਕੋਈ ਨਹੀਂ ਚਾਹੁੰਦਾ ਕਿ ਜੇ ਲੰਮੀ ਚੱਲੇ ਤੇ ਦੁਖਦਾਈ ਹੋਵੇ। ਨਾ ਬਈ, ਨਾ, ਕੋਈ ਨਹੀਂ ਚਾਹੁੰਦਾ। ਸਾਹਿਬ ਕਹਿੰਦੇ ਫਿਰ ਆ ਮੇਰੇ ਬੱਚਿਆ, ਅੱਜ ਤੈਨੂੰ ਮੈਂ ਕੁਝ ਸਮਤ ਦਿੰਦਾ। ਸਮਤ ਵੇਖਣ ਨੂੰ ਆਇਆ, ਕੁਝ ਰਿਸ਼ਤੇ ਹੁੰਦੇ ਨੇ, ਹੁੰਦਿਆਂ ਸਾਰੀ ਸਾਸਕ ਚੰਦ ਮਹੀਨੇ ਨਹੀਂ ਲੰਘਦੇ ਨੇ ਤੇ ਟੁੱਟ ਜਾਂਦੇ ਨੇ। ਆਖੋ ਸਤਨਾਮ। ਲੰਮੇ ਨਹੀਂ ਤੁਰਦੇ। ਕਾਰਨ ਇਹੀ ਹੈ ਕਿ ਜਿਹੜੇ ਗੁਣ ਸਤਿਗੁਰੂ ਜੀ ਉਸ ਰਿਸ਼ਤੇ 'ਚ ਪਾਉਣਾ ਚਾਹੁੰਦੇ ਸੀ, ਉਹ ਰਿਸ਼ਤੇ ਦੇ ਵਿੱਚ ਉਹ ਗੁਣ ਪਏ ਨਹੀਂ। ਆਖੋ ਸਤਨਾਮ। ਤੇ ਜੇ ਕਿਤੇ ਰਿਸ਼ਤਾ ਲੰਮਾ ਤੁਰ ਪਿਆ, ਤੇ ਬੜੇ ਐਸੇ ਦਾਸ ਨੇ ਰਿਸ਼ਤੇ ਵੇਖੇ ਨੇ ਔਰ ਤੁਸੀਂ ਵੀ ਵੇਖੇ ਹੋਣੇ ਸੱਸ, ਰਿਸ਼ਤਾ ਲੰਮਾ ਤਾਂ ਤੁਰ ਪਿਆ ਪਰ ਸੁਖਦਾਈ ਨਹੀਂ ਹੁੰਦਾ। 20 ਸਾਲ 25 ਸਾਲ ਲੰਘ ਗਏ ਰਿਸ਼ਤੇ ਨੂੰ ਤੇ ਹਾਲੇ ਵੀ 25 ਸਾਲਾਂ ਬਾਅਦ ਵੀ ਮੀਆਂ ਬੀਬੀ ਆਹ ਬੋਲਦੇ ਪਏ ਨੇ, ਵਿਆਹ ਕਰਕੇ ਹੀ ਫਸ ਗਿਆ ਤੇਰੇ ਨਾਲ, ਵਿਆਹ ਕਰਕੇ ਹੀ ਫਸ ਗਈਆਂ ਤੇਰੇ ਨਾਲ। ਕਿਹੜੀ ਬਨਹੂਸ ਘੜੀ ਸੀ ਜਿਸ ਘੜੀ ਦੇ ਤੇਰੇ ਨਾਲ ਵਿਆਹ, ਕਿ 20 ਸਾਲਾਂ ਬਾਅਦ ਵੀ, 25 ਸਾਲਾਂ ਬਾਅਦ ਵੀ। ਮਤਲਬ ਰਿਸ਼ਤਾ ਤਾਂ ਲੰਮਾ ਹੋ ਗਿਆ, ਸਮਾਂ ਟੱਪ ਗਿਆ, ਪਰ ਸੁਖਾਵਾਂ ਨਹੀਂ, ਦੁਖਦਾਈ ਰਿਸ਼ਤਾ ਹੋਇਆ। ਤੇ ਹਰ ਮਾਂ ਬਾਪ ਦੀ ਖਾਹਿਸ਼ ਹੁੰਦੀ ਹੈ, ਹਰ ਮਾਂ ਬਾਪ ਦੀ ਖਾਹਿਸ਼ ਹੁੰਦੀ ਹੈ ਮੇਰੇ ਬੱਚਿਆਂ ਦੇ ਰਿਸ਼ਤੇ ਜਿਹੜੇ ਲੰਬੇ ਤੇ ਸੁਖਾਵੇਂ, ਸੋਹਣੇ, ਸੁਖਦਾਈ ਬਤੀਤ ਹੋਣ। ਤੇ ਗੁਰੂ ਵੀ ਤਾਂ ਇਹੀ ਚਾਹੁੰਦੇ ਨੇ। ਜੇ ਤੁਸੀਂ ਦੁਨਿਆਵੀ ਮਾਂ ਬਾਪ ਆਪਣੀ ਧੀ ਦਾ ਰਿਸ਼ਤਾ, ਆਪਣੇ ਪੁੱਤਰ ਦਾ ਰਿਸ਼ਤਾ ਸੁਖਾਵਾਂ ਔਰ ਲੰਬੇਰਾ ਚਾਹੁੰਦੇ ਹੋ, ਤੇ ਕੀ ਗੁਰੂ ਨਹੀਂ ਚਾਹੁੰਦੇ? ਗੁਰੂ ਵੀ ਇਹੀ ਚਾਹੁੰਦੇ ਨੇ ਕਿ ਮੇਰੇ ਬੱਚਿਆਂ ਦਾ ਰਿਸ਼ਤਾ, ਮੇਰੇ ਪਿਆਰੇ ਬੱਚਿਆਂ ਦਾ ਰਿਸ਼ਤਾ, ਮੇਰੀਆਂ ਬੱਚੀਆਂ ਦਾ ਰਿਸ਼ਤਾ ਲੰਮਾ ਤੇ ਸੁਖਾਵਾਂ ਹੋਵੇ। ਆਖੋ ਸਤਨਾਮ। ਸਤਿ ਸ੍ਰੀ ਅਕਾਲ। ਕਿਉਂਕਿ ਗੁਰਦੇਵ ਮਾਤਾ ਹੈ, ਗੁਰਦੇਵ ਪਿਤਾ ਹੈ। ਗੁਰੂ ਮਾਂ ਦੇ ਰਿਸ਼ਤੇ ਤੋਂ, ਗੁਰੂ ਪਿਓ ਦੇ ਰਿਸ਼ਤੇ ਤੋਂ ਚਾਹਤ ਰੱਖਦੇ ਨੇ ਕਿ ਮੇਰੇ ਬੱਚੇ ਦਾ, ਮੇਰੇ ਸਿੱਖ ਦਾ ਜਿਹੜਾ ਰਿਸ਼ਤਾ, ਉਹ ਵੀ ਲੰਬੇਰਾ ਤੇ ਸੁਖੇਵਾਂ ਹੋ। ਦੋ ਚੀਜ਼ਾਂ ਅੱਜ ਸਤਸੰਗ, ਉਦਾਂ ਇਹ ਸ਼ਬਦ ਦਰਗਾਹੀ ਪੱਖ ਤੋਂ ਉਚਾਰਨ ਕੀਤਾ ਗਿਆ, ਪਰ ਨਾਲ ਨਾਲ ਮੈਂ ਦੁਨਿਆਵੀ ਪੱਖ ਵੀ ਨਾਲ ਨਾਲ ਲਵਾਂਗਾ। ਦੁਨਿਆਵੀ ਪੱਖ, ਜੇ ਦੁਨਿਆਵੀ ਮਾਂ ਬਾਪ ਚਾਹੁੰਦੇ ਨੇ ਮੇਰੇ ਬੱਚਿਆਂ ਦਾ ਰਿਸ਼ਤਾ ਲੰਬਾ ਤੇ ਸੁਖਾਵਾਂ ਹੋਵੇ, ਰਿਸ਼ਤਾ ਨਿਭ ਜਾਵੇ, ਕੰਤ ਨਾਲ ਰਿਸ਼ਤਾ ਨਿਭ ਜਾਵੇ ਮੇਰੀ ਧੀ ਦਾ, ਦੁਨਿਆਵੀ ਮਾਂ ਬਾਪ ਚਾਹੁੰਦੇ ਨੇ। ਤੇ ਗੁਰੂ ਮਾਂ ਬਾਪ ਵੀ ਇਹੀ ਚਾਹੁੰਦੇ ਨੇ, ਇਸ ਜਿੰਦ ਦਾ ਰਿਸ਼ਤਾ, ਮੇਰੇ ਸਿੱਖ ਦੀ ਜਿੰਦ ਦਾ ਜਿਹੜਾ ਰਿਸ਼ਤਾ ਹੈ, ਉਹ ਵਾਹਿਗੁਰੂ ਦੇ ਨਾਲ ਨਿਭ ਜਾਵੇ। ਆਖੋ ਸਤਨਾਮ। ਕਿਉਂਕਿ ਆਹ ਪੇਕਾ ਘਰ ਹੈ, ਇਹ ਦੁਨੀਆਂ ਜਿਹੜੀ ਹੈ, ਦੁਨੀਆਂ ਸਾਡਾ ਪੇਕਾ ਘਰ ਹੈ। ਸਹੁਰੇ ਵੰਝਣਾ ਸਾਰਿਆਂ ਨੇ, ਇਸ ਪੇਕਾ ਘਰ ਛੱਡ ਕੇ ਸਾਰਿਆਂ ਨੇ ਜਾਣਾ, ਸੰਸਾਰ ਛੱਡ ਕੇ ਸਭ ਨੇ ਜਾਣਾ। ਪਾਤਸ਼ਾਹ ਵੀ ਕਹਿੰਦੇ ਸਭਨਾ ਸਹੁਰੇ ਵੰਝਣਾ, ਸਭ ਮੁੱਕ ਲਾਵਣ, ਕਿਸੇ ਨੇ ਇਸ ਪੇਕੇ ਘਰ ਨਹੀਂ ਰਹਿਣਾ। ਰਾਵਣ ਜਿਹਨੇ ਕਾਲ ਨੂੰ ਬੰਨ ਕੇ ਰੱਖਿਆ ਸੀ, ਬੰਨ ਕੇ ਪਾਵੇ ਦੇ ਨਾਲ,
ਮਰਨਾ ਤਾਂ ਉਹਨੂੰ ਵੀ ਪਿਆ ਕੋ ਸਤ ਨਾ। ਹਰਨਾਕਸ਼ ਜਿਹੜਾ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਿਰੇ ਹਰਨਾਕਸ਼ ਹੁਰੇ ਹਰਨਾਕਸ਼, ਨਾ ਉੱਪਰ ਮਰਾਂ ਨਾ ਥੱਲੇ ਮਰਾਂ ਨਾ ਬਾਹਰ ਮਰਾਂ ਨਾ ਅੰਦਰ ਮਰਾਂ ਨਾ ਦਿਨ ਮਰਾਂ ਨਾ ਰਾਤ ਮਰਾਂ ਨਾ ਸ਼ਸਤਰ ਨਾਲ ਨਾ ਅਸ਼ਤਰ ਨਾਲ। ਪੇਕਾ ਘਰ ਤਾਂ ਉਹਨੂੰ ਵੀ ਛੱਡ ਕੇ ਜਾਣਾ ਪਿਆ ਕੋ ਸਤ ਨਾ, ਜਾਣਾ ਤਾਂ ਉਹਨੂੰ ਵੀ ਪਿਆ। ਸਭਨਾ ਸਹੁਰੇ ਵੰਜਣਾ, ਜੇ ਸਭ ਨੇ ਸਹੁਰੇ ਵੰਜਣਾ ਹੈ ਤੇ ਗੁਰੂ ਮਾਂ ਬਾਪ ਦੇ ਨਾਤੇ, ਗੁਰੂ ਮਾਂ ਬਾਪ ਦੇ ਨਾਤੇ ਚਾਹੁੰਦੇ ਨੇ ਕਿ ਜਦੋਂ ਜਿੰਦ ਸਹੁਰੇ ਵੰਜੇ ਤੇ ਜਾ ਕੇ ਸੁਖੀ ਵੰਜੇ, ਸੁਖੀ ਵੰਜੇ। ਇਹ ਦੋਨੋਂ ਚੀਜ਼ਾਂ ਹੁਣ ਪੈਰਲਰ ਚੱਲਣਗੀਆਂ ਜੀ, ਦਰਗਾਈ ਵੀ ਦੁਨਿਆਵੀ ਵੀ, ਇਹ ਦੋਨੋਂ ਚੀਜ਼ਾਂ ਨਾਲ ਚੱਲਣਗੀਆਂ। ਇੱਕ ਪੱਖ ਦਾਸ ਦੁਨਿਆਵੀ ਲਏਗਾ, ਇੱਕ ਪੱਖ ਦਰਗਾਈ ਲੈਂਦਾ ਚਲਾ ਜਾਏ। ਜਦੋਂ ਅਸੀਂ ਦੁਨਿਆਵੀ ਰਿਸ਼ਤਾ ਤੈਅ ਕਰਦੇ ਹਾਂ, ਸਤਸੰਗ ਦੋ ਚੀਜ਼ਾਂ ਦਾਸ ਨੇ ਕਹੀਆਂ ਸੀ, ਰਿਸ਼ਤਾ ਤੈਅ ਕਰਨ ਵੇਲੇ ਕੁਝ ਚੀਜ਼ਾਂ ਵਿਚਾਰਨੀਆਂ ਪੈਣਗੀਆਂ, ਕੁਝ ਚੀਜ਼ਾਂ ਵਿਚਾਰਨੀਆਂ ਤੇ ਉਸ ਰਿਸ਼ਤੇ 'ਚ ਕੁਝ ਗੁਣ ਪਾਉਣੇ ਪੈਣਗੇ। ਜਦੋਂ ਰਿਸ਼ਤਾ ਵੇਖਿਆ ਜਾਂਦਾ ਨਾ ਜੀ, ਮੁੰਡਾ ਕੁੜੀ ਨੂੰ, ਕੁੜੀ ਮੁੰਡੇ ਨੂੰ, ਜ਼ਿਆਦਾਤਰ ਸੂਰਤ ਵੱਲ ਧਿਆਨ ਦਿੱਤਾ ਜਾਂਦਾ ਜੀ, ਸੂਰਤ ਵੱਲ। ਸੀਰਤ ਹੋਵੇ ਨਾ ਹੋਵੇ, ਸੀਰਤ ਹੋਵੇ ਨਾ, ਸੀਰਤ ਦਾ ਮਤਲਬ ਕੀ ਹੈ ਜੀ? ਗੁਣ, ਗੁਣ, ਗੁਣ ਹੋਣ ਨਾ ਹੋਣ ਇਹਨੂੰ ਸੈਕੰਡਰੀ ਰੱਖਿਆ ਜਾਂਦਾ, ਪਰ ਸੂਰਤ ਨੂੰ ਪਹਿਲੇ। ਮੇਰੇ ਕੋਲ ਇੱਕ ਪੋਸਟ ਆਈ ਸੀ, ਮੈਨੂੰ ਬੜੀ ਚੰਗੀ ਲੱਗੀ। ਇੱਕ ਰਾਜਾ ਸੀ, ਰਾਜਾ ਸੀ ਬਦਸੂਰ, ਸੀ ਬਦਸੂਰ, ਸੋਹਣਾ ਨਹੀਂ, ਸੁੱਪਣ ਨਹੀਂ। ਰਾਜੇ ਦੇ ਦਰਬਾਰ ਦੇ ਵਿੱਚ ਨਾ ਨਿਰਤਕ, ਜਿਹੜੀਆਂ ਨਿਰਤਕੀਆਂ ਹੁੰਦੀਆਂ ਨੇ ਉਹ ਨਾਚ ਕਰ ਰਹੀਆਂ ਸਨ, ਤੇ ਨਾਚ ਕਰਨ ਵਾਲੀਆਂ ਜਿਹੜੀਆਂ ਨਿਰਤਕੀਆਂ ਸਨ ਉਹ ਬੜੀਆਂ ਖੂਬਸੂਰਤ। ਸਾਧ ਸੰਗਤ ਨਾਚ ਕਰਦਿਆਂ ਕਰਦਿਆਂ ਨਾ ਉਹ ਖੂਬਸੂਰਤ ਨਚਾਰ ਜਿਹੜੀ ਸੀ ਉਹ ਮਨ ਚ ਸੋਚੇ ਕਿਤੇ ਕਿੱਡਾ ਬਦਸੂਰਤ ਹੈ ਇਹ ਰਾਜਾ, ਅਸੀਂ ਜਿਹੜੀਆਂ ਨੱਚਣ ਵਾਲੀਆਂ ਕਿੰਨੀਆਂ ਸੋਹਣੀਆਂ ਤੇ ਇਹ ਕਿੰਨਾ ਬਦਸੂਰਤ। ਹੁਣ ਸਾਧ ਸੰਗਤ ਜਦੋਂ ਬੰਦਾ ਸੋਚਦਾ ਹੁੰਦਾ ਨਾ ਤੇ ਉਹਦੇ ਹਾਵ ਭਾਵ ਚਿਹਰੇ ਤੇ ਆ ਜਾਂਦੇ ਨੇ। ਰਾਜਾ ਲੁਫਤ ਉਠਾ ਰਿਹਾ ਸੀ ਨਾਚ ਦਾ, ਤੇ ਜਦੋਂ ਹਾਵ ਭਾਵ ਬਦਲੇ ਨਾ ਉਸ ਨਰਤਕੀ ਦੇ, ਉਹਨੇ ਨਾਚ ਰੁਕਵਾ ਦਿੱਤਾ। ਕਹਿੰਦੇ ਰੁੱਕ ਬੀਬੀ, ਨਾਚ ਰੋਕ, ਕੀ ਸੋਚਦੀ ਪਈ? ਕਹਿੰਦੇ ਮਹਾਰਾਜ ਮੈਂ ਕੁਝ ਨਹੀਂ ਸੋਚਦੀ। ਸੋਚਦੀ ਪਈ ਹੈ ਤੂੰ ਕੁਝ, ਤੇਰੇ ਹਾਵ ਭਾਵ ਬਦਲ ਗਏ ਚਿਹਰੇ ਦੇ, ਤੇਰੀ ਸੋਚ ਚਿਹਰੇ ਤੇ ਆ ਗਈ ਹੈ, ਦੱਸ ਕੀ ਸੋਚਦੀ ਪਈ, ਸੱਚ ਸੱਚ ਦੱਸ। ਕਹਿੰਦੇ ਮਹਾਰਾਜ ਜੇ ਗੁਸਤਾਖੀ ਮਾਫ ਹੋਵੇ ਫਿਰ ਦੱਸ। ਕਹਿੰਦੇ ਕੋਈ ਨਹੀਂ, ਮਾਫੀ ਹੈ, ਦੱਸ। ਕਹਿੰਦੇ ਮਹਾਰਾਜ ਮਨ ਦੇ ਵਿੱਚ ਬਸ ਆਹੀ ਵਿਚਾਰ ਆ ਰਿਹਾ ਸੀ ਕਿ ਜਿਹਦੇ ਦਰਬਾਰ 'ਚ ਨੱਚਦੀ ਪਈ ਆ ਕਿੱਡਾ ਬਦਸੂਰਤ ਹੈ, ਚਾਂਦਣ ਕਿੱਡਾ ਬਦਸੂਰਤ ਤੇ ਮੈਂ ਕਿੰਨੀ ਸੋਹਣੀ, ਅਸੀਂ ਜਿਹੜੀ ਨੱਚਦੀਆਂ ਮੈਂ ਕਿੰਨੀਆਂ ਸੋਹਣੀਆਂ, ਤੁਸੀਂ ਕਿੱਡੇ ਬਦਸੂਰਤ। ਕਹਿੰਦੇ ਮਹਾਰਾਜ ਜਦੋਂ ਸੂਰਤ ਵੰਡੀ ਜਾ ਰਹੀ ਸੀ ਉਦੋਂ ਮਹਾਰਾਜ ਤੁਸੀਂ ਕਿੱਥੇ ਸੀ? ਜਦੋਂ ਰੱਬ ਸੂਰਤ ਵੰਡ ਰਿਹਾ ਸੀ, ਸੋਹਣੀਆਂ ਸੂਰਤਾਂ ਵੰਡ ਰਿਹਾ ਸੀ, ਕਹਿੰਦੇ ਉਦੋਂ ਤੁਸੀਂ ਕਿੱਥੇ ਸੀ? ਰਾਜਾ ਬੜਾ ਹੱਸਿਆ, ਬੜਾ ਹੱਸਿਆ। ਕਹਿੰਦੇ ਨਿਰਤਕੀ ਕਿਆ ਸਵਾਲ ਕੀਤਾ ਤੂੰ? ਮੈਨੂੰ ਬੜੀ ਖੁਸ਼ੀ ਹੋਈ ਤੂੰ ਖੁੱਲ ਕੇ ਸਵਾਲ ਕੀਤਾ। ਤੂੰ ਇਹ ਸਵਾਲ ਕੀਤਾ ਜਦੋਂ ਖੂਬਸੂਰਤੀ ਵੰਡੀ ਜਾ ਰਹੀ ਸੀ ਮੈਂ ਕਿੱਥੇ ਸੀ? ਖੂਬਸੂਰਤੀ ਦੀ ਲਾਈਨ ਛੱਡ ਕੇ ਮੈਂ ਕਿੱਥੇ ਸੀ? ਕਹਿੰਦੇ ਮੈਂ ਕਿਸਮਤ ਵਾਲੀ ਲਾਈਨ 'ਚ ਸੀ। ਆਖੋ ਸਤਨਾਮ ਹਾਂਜੀ, ਸਤ ਸ੍ਰੀ ਅਕਾਲ। ਮੈਂ ਬੀਬੀ ਕਿਸਮਤ ਵਾਲੀ ਲਾਈਨ 'ਚ ਖੜਾ ਸੀ, ਤਾਂ ਹੀ ਤਾਂ ਵੇਖ ਮੇਰੇ ਬਦਸੂਰਤ ਦੇ ਦਰਬਾਰ ਦੇ ਵਿੱਚ ਵੀ ਸੋਹਣੀਆਂ ਸੋਹਣੀਆਂ ਨਰਤਕੀਆਂ ਨੱਚ ਰਹੀਆਂ ਨੇ। ਇਹਨੂੰ ਕਹਿੰਦੇ ਨੇ ਕਿਸਮਤ। ਆਖੋ ਸਤਨਾਮ। ਤੇਰੀ ਖੂਬਸੂਰਤੀ, ਤੇਰੀ ਖੂਬਸੂਰਤੀ ਕੀ ਕੰਮ ਕਰੇਗੀ? ਮੇਰੀ ਕਿਸਮਤ ਦੇ ਅੱਗੇ ਉਹ ਵੀ ਨੱਚਦੀ ਪਈ ਹੈ, ਉਹ ਵੀ ਮੋਥਾਜ ਹੈ ਮੇਰੀ ਕਿਸਮਤ ਦੇ ਅੱਗੇ।
ਸਤਸੰਗ ਜ਼ਰੂਰ ਵੇਖੋ ਸੂਰਤ, ਠੀਕ ਹੈ ਪ੍ਰਾਇਮਰੀ ਚੀਜ਼ ਹੈ, ਪਰ ਸੀਰਤ ਨੂੰ ਸੈਕੰਡਰੀ ਨਾ ਕਰੋ। ਪਤਾ ਲੱਗੇ ਜੀ ਸੋਹਣਾ ਸੋਹਣਾ ਸਰੂਪ ਹੀ ਦੇਖ ਕੇ ਲਿਆਇਆ ਸੀ, ਬਾਅਦ ਚ ਪਤਾ ਲੱਗਦਾ ਕਿ ਇਹ ਸੋਹਣੇ ਨੂੰ ਚੱਟਣਾ। ਨਾ ਬੋਲਣ ਦੀ ਅਕਲ, ਨਾ ਵਰਤਣ ਦੀ ਅਕਲ, ਨਾ ਕੋਈ ਸਿਆਣਪ ਹੈ ਜੀ। ਉਹ ਸਾਰੀ ਜ਼ਿੰਦਗੀ ਬੰਦਾ ਮੱਥੇ ਹੱਥ ਪਾ ਕੇ ਬੈਠਾ ਰਹਿੰਦਾ, ਸਾਧ ਮੱਥੇ ਹੱਥ ਮਾਰੀ ਜਾਂਦਾ ਕਿ ਕੀਤਾ ਕੀ। ਚਾਹੀਦਾ ਸੂਰਤ ਵੀ, ਪਰ ਸੀਰਤ ਨਾਲ ਗੁਣ ਜ਼ਰੂਰੀ ਨੇ, ਆ ਚੀਜ਼ਾਂ ਨਾਲ ਦੇਖਣੀਆਂ। ਤੇ ਜੇ ਹੁਣ ਸਤਿਗੁਰ ਜੀ ਕੋਲ ਪੁੱਛੀਏ, ਸਾਹਿਬ ਕਹਿੰਦੇ ਨੇ ਗੁਣ ਤਾਂ ਵੇਖੇਗਾ ਵੇਖੇਗਾ, ਪਰ ਵਿੱਚ ਕੁਝ ਗੁਣ ਪਾਣੇ ਵੀ ਪੈਣਗੇ ਰਿਸ਼ਤੇ ਦੇ ਵਿੱਚ, ਵਿੱਚ ਰਿਸ਼ਤੇ 'ਚ ਗੁਣ ਪਾਣੇ ਵੀ ਪੈਣਗੇ। ਪਾਤਸ਼ਾਹ ਕਹਿੰਦੇ ਜਿਹੜੇ ਗੁਣਾਂ ਦਾ ਜ਼ਿਕਰ ਮੈਂ ਕਰਨ ਲੱਗਾ ਵਾਂ, ਮੇਰੇ ਗੁਰਦੇਵ ਕਹਿੰਦੇ ਨੇ, ਕਹਿੰਦੇ ਜਿਸ ਗੁਣਾਂ ਦਾ ਜ਼ਿਕਰ ਮੈਂ ਕਰਨ ਲੱਗਾ, ਜੇ ਤੁਹਾਡੇ ਰਿਸ਼ਤਿਆਂ 'ਚ ਉਹ ਗੁਣ ਨਹੀਂ ਤੇ ਰਿਸ਼ਤੇ ਨਿਭਣਗੇ ਨਹੀਂ। ਆਖੋ ਸਤਨਾਮ ਵਾਹਿਗੁਰੂ। ਉਹ ਰਿਸ਼ਤੇ ਨਿਭਣਗੇ, ਉਹ ਗੁਣ ਕਿਹੜੇ ਨੇ? ਪਾਤਸ਼ਾਹ ਕਹਿੰਦੇ ਉਹ ਗੁਣ ਨੇ ਸਤ, ਸੰਤੋਖ ਤੇ ਭਾਉ। ਧਿਆਨ ਨਾਲ ਸੁਣੇ, ਇਹ ਤਿੰਨ ਚੀਜ਼ਾਂ ਰਿਸ਼ਤੇ ਦੀ ਸ਼ੁਰੂਆਤ ਦੇ ਵਿੱਚ ਸਤਸੰਗ ਤੇ ਗੁਣ ਪਾਓ। ਜੇ ਇਹਨਾਂ ਗੁਣਾਂ ਤੋਂ ਵਿਹੂਣੇ ਹੋ ਕੇ ਚੱਲੋਗੇ, ਇਹਨਾਂ ਗੁਣਾਂ ਨੂੰ ਵਿੱਚ ਪਾ ਕੇ ਨਹੀਂ ਚੱਲੋਗੇ ਨਾ, ਫਿਰ ਰਿਸ਼ਤੇ ਲੰਬੇ ਨਹੀਂ ਚੱਲਣਗੇ, ਟੁੱਟ ਜਾਣਗੇ, ਦੁਖਦਾਈ ਹੋਣਗੇ। ਪਹਿਲਾ ਗੁਣ ਰਿਸ਼ਤੇ 'ਚ ਪਾਓ ਸੱਤ, ਸੱਤ ਦਾ ਗੁਣ ਸੱਚ, ਇਮਾਨਦਾਰੀ ਦਾ ਗੁਣ। ਦੂਜਾ ਸੰਤੋਖ, ਉਸ ਰਿਸ਼ਤੇ ਦੀ ਬੁਨਿਆਦ ਸੰਤੋਖ 'ਤੇ ਖੜੀ ਹੋਵੇ, ਸੱਚ 'ਚ ਖੜੀ ਹੋਵੇ, ਸੰਤੋਖ 'ਚ ਖੜੀ ਹੋਵੇ, ਸੰਤੋਖੀ ਹੋਵੇ ਉਹ ਰਿਸ਼ਤਾ। ਉਸ ਰਿਸ਼ਤੇ 'ਚ ਜੇ ਭੁੱਖ ਹੋਏਗੀ, ਜੇ ਉਸ ਰਿਸ਼ਤੇ ਵਿੱਚ ਭੁੱਖ ਹੋਏਗੀ, ਲਾਲਚ ਹੋਏਗਾ, ਫਿਰ ਸਾਧ ਸੰਗਤ ਫਿਰ ਉਹ ਰਿਸ਼ਤਾ ਨਹੀਂ ਲੱਭੇਗਾ। ਤੀਸਰਾ ਪਾਤਸ਼ਾਹ ਕਹਿੰਦੇ ਉਸ ਰਿਸ਼ਤੇ 'ਚ ਨੀਵ ਪਾ ਭਾਉ ਦੀ, ਸੱਤ ਸੰਤੋਖ ਕਰ ਭਾਉ। ਕੁੜਮ ਕੁੜਮਾਈ ਆਇਆ ਬਲਰਾਮ ਜੀ, ਭਾਉ ਤੋਂ ਭਾਵ ਪ੍ਰੇਮ, ਆਪਸੀ ਅੰਡਰਸਟੈਂਡਿੰਗ, ਆਪਸ ਨੂੰ ਸਮਝਣਾ, ਨੀਚਾ ਨਹੀਂ ਦਿਖਾਉਣਾ। ਇਹਨਾਂ ਤਿੰਨਾਂ ਗੁਣਾਂ ਨੂੰ ਦੱਸ ਚਾਹੁੰਦਾ ਕਿ ਥੋੜਾ ਥੋੜਾ ਖੋਲੇਗਾ, ਕਿਉਂਕਿ ਅੱਜ ਜਿਹੜੇ ਰਿਸ਼ਤੇ ਤੁਰ ਰਹੇ ਨੇ ਨਾ, ਵਿੱਚ ਸੱਚ ਰਹਿ ਗਿਆ ਜੀ, ਨਾ ਵਿੱਚ ਸੰਤੋਖ ਰਹਿ ਗਿਆ, ਤੇ ਨਾ ਹੀ ਭਾਉ ਰਹਿ ਗਿਆ, ਪ੍ਰੇਮ ਰਹਿ ਗਿਆ। ਕਿਉਂ ਟੁੱਟਦੇ ਪਏ ਨੇ ਰਿਸ਼ਤੇ ਜੀ? ਬਣਦੇ ਪਿੱਛੋਂ ਨੇ, ਟੁੱਟਦੇ ਪਹਿਲੇ ਪਏ। ਕੋਰਟਾਂ ਕਚਹਿਰੀਆਂ 'ਚ ਰੁਲਦੇ ਪਏ ਜੀ, ਕਿਤਨੇ ਸਾਲ ਹੋਏ ਨੇ ਜੀ, ਹਾਲੇ ਤਾਂ ਜੁੰਮਾ ਜੁੰਮਾ 9 ਮਹੀਨੇ ਹੋਏ ਸੀ ਰਿਸ਼ਤੇ ਨੂੰ ਜੀ, ਹਾਲੇ ਤਾਂ ਜੀ 8 ਮਹੀਨੇ ਹੋਏ ਸੀ। ਅੱਗੇ ਸਾਲਾਂ ਦਾ ਸੁਣਦੇ ਸੀ, ਹੁਣ ਤਾਂ ਮਹੀਨਿਆਂ ਦਾ ਸੁਣਦੇ ਆ। 7 ਮਹੀਨੇ ਬੱਚੀ ਰਹੀ ਹੈ ਜੀ, ਤਲਾਕ, ਇਹ ਕਮਾਲ ਹੋ ਗਈ, ਕੀ ਪਾਇਆ ਸੀ ਰਿਸ਼ਤੇ 'ਚ? ਇਹ ਤਾਂ ਪੱਕੀ ਗੱਲ ਹੈ ਕਿ ਇਹ ਤਿੰਨ ਗੁਣ ਤਾਂ ਨਹੀਂ ਪਾਏ। ਆਖੋ ਸਤਨਾਮ। ਜੇ ਇਹ ਤਿੰਨ ਗੁਣ ਪਾਏ ਹੁੰਦੇ ਤੇ ਰਿਸ਼ਤੇ ਲੰਮੇ ਔਰ ਸਤਸੰਗ ਸੁਖਦਾਈ, ਲੰਮੇ ਤੇ ਸੁਖਦਾਈ ਬਤੀਤ ਹੁੰਦੇ। ਮੇਰੇ ਸਾਹਿਬ ਕਹਿੰਦੇ ਨੇ, ਕਹਿੰਦੇ ਆ ਸੁਣ, ਕਹਿੰਦੇ ਜੇ ਰਿਸ਼ਤਾ ਪੱਕਾ ਕਰਨ ਲੱਗਾ ਫਿਰ ਸਤ ਸੰਤੋਖ ਕਰ ਪਾਓ, ਸਤ ਸੰਤੋਖ ਕਰ ਪਾਓ, ਸਤ ਸੰਤੋਖ ਕਰ ਪਾਓ, ਸਤ ਸੰਤੋਖ ਕਰ ਪਾਓ।